ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ। ਦੋਸਤੋ, ਗੱਲਬਾਤ ਕਰਾਂਗੇ ਅੱਜ ਜਿਹੜੇ ਖਾੜਕੂ ਹੁੰਦੇ ਸੀ ਉਹਨਾਂ ਵਿੱਚੋਂ ਇੱਕ ਬੰਦਾ ਹੌਲਦਾਰੀ ਦੀ ਨੌਕਰੀ ਛੱਡ ਕੇ ਖਾੜਕੂ ਬਣਿਆ ਸੀ, ਅੱਜ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਸੋ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ, ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਦਲਜੀਤ ਪਾਊ ਹੋਰੀ ਲਿਖਦੇ ਨੇ, ਕਹਿੰਦੇ ਵੀ ਇਹਨਾਂ ਦੀ ਉਮਰ ਕੋਈ 45 ਸਾਲ ਦੀ ਸੀ, ਨੌਂ ਇਹਨਾਂ ਦਾ ਜਸਪਾਲ ਸਿੰਘ ਉਰਫ ਧੰਨਾ ਸਿੰਘ ਹੌਲਦਾਰ ਕਹਿੰਦੇ ਸੀ ਇਹਨਾਂ ਨੂੰ। ਕੱਦ 5 ਫੁੱਟ 7 ਇੰਚ ਸੀ, ਰੰਗ ਕਣਕਵੰਨਾ ਅਤੇ ਸਰੀਰ ਗਠਿਆ ਹੋਇਆ ਸੀ। ਬਾਬਾ ਅਜੀਤ ਸਿੰਘ ਵਾਂਗ ਇਹਨਾਂ ਨੂੰ ਵੀ ਜਲੰਧਰ ਪੁਲਿਸ ਲਾਈਨ ਵਿੱਚ ਹਰ ਕੋਈ ਪੱਕਾ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸ਼ਰਧਾਲੂ ਵਜੋਂ ਜਾਣਦਾ ਸੀ। ਇਹਨਾਂ ਦਾ ਸੁਭਾਅ ਹਰ ਕਿਸੇ ਗਤੀਵਿਧੀ ਵਿੱਚ ਸ਼ਾਮਲ ਹੋਣਾ ਅਤੇ ਉਸ ਦੀ ਅਗਵਾਈ ਕਰਨਾ ਹੁੰਦਾ ਸੀ। ਪੰਥ ਦੇ ਨਾਂ 'ਤੇ ਇਹ ਹਰ ਥਾਂ ਝੰਡਾ ਗੱਡਣ ਵਾਲਾ ਸੀ, ਇਸ ਕਰਕੇ ਇਹ ਸਾਰੇ ਜਲੰਧਰ ਵਿੱਚ ਵੀ ਮਸ਼ਹੂਰ ਸੀਗਾ। ਰਬੈਰੋ 'ਤੇ ਹਮਲਾ ਕਰਨ ਵਾਲੇ ਸਿੰਘਾਂ ਦੀ ਕੁਦਰਤੀ ਆਗੂ ਵੀ ਇਹੋ ਹੀ ਸੀਗਾ। ਇਹ ਪੂਰਨ ਰਹਿਤ ਮਰਿਆਦਾ ਵਾਲਾ ਵਿਵੇਕੀ ਸਿੰਘ ਸੀ। 1984 ਤੋਂ ਪਹਿਲਾਂ ਇੱਕ ਵਾਰ ਜਲੰਧਰ ਵਿੱਚ ਸੋਡਰ ਮੰਦਰ ਕਾਰਨ ਸਿੱਖਾਂ ਅਤੇ ਕੱਟੜਵਾਦੀ ਹਿੰਦੂਆਂ ਦਾ ਕਾਫ਼ੀ ਝਗੜਾ ਹੋਇਆ ਅਤੇ ਕਈ ਦਿਨ ਕਰਫਿਊ ਵੀ ਲੱਗਾ ਰਿਹਾ ਸੀ। ਭਰੇ ਬਾਜ਼ਾਰ ਵਿੱਚ ਕੱਟੜਵਾਦੀ ਭੀੜ ਨੇ ਆਮ ਸਿੱਖਾਂ ਨੂੰ ਕੁੱਟਿਆ ਸੀ, ਕੋਠਿਆਂ ਉੱਪਰੋਂ ਪਥਰਾਅ ਕੀਤਾ ਅਤੇ ਤੇਜ਼ਾਬ ਸੁੱਟਿਆ। ਉਹਨਾਂ ਨੇ ਪੁਲਿਸ ਨੂੰ ਵੀ ਨਾ ਬਖਸ਼ਿਆ। ਬਾਬਾ ਜੀ ਨੇ ਮੈਨੂੰ ਇਹ ਵਾਰਤਾ ਸੁਣਾਈ ਕਿ ਜਦੋਂ ਆਤੀ ਹੋ ਗਈ ਫਿਰ ਅਸੀਂ ਆਪਣੇ ਅਫਸਰਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਕੁਝ ਸਮਾਂ ਦਿਓ। ਧੰਨਾ ਸਿੰਘ ਨੇ ਆਪਣੇ ਨਾਲ ਕੁਝ ਹੋਰ ਪੁਲਿਸ ਮੁਲਾਜ਼ਮ ਲੈ ਕੇ ਸੰਗੀਆਂ ਦੇ ਗੜ੍ਹ ਵਿੱਚ ਸਿੱਧੀ ਗੋਲੀ ਚਲਾ ਦਿੱਤੀ ਸੀ। ਕਈ ਬੰਦੇ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਸਾਰੀ ਭੀੜ ਭੱਜ ਗਈ ਅਤੇ ਬਾਜ਼ਾਰ ਖਾਲੀ ਹੋ ਗਿਆ। ਚੰਡੀਗੜ੍ਹ ਤੋਂ ਦਿੱਲੀ ਤੱਕ ਬਹੁਤ ਰੌਲਾ ਪਿਆ ਕਿ ਪੁਲਿਸ ਨੇ ਹਿੰਦੂਆਂ 'ਤੇ ਗੋਲੀ ਚਲਾ ਦਿੱਤੀ ਹੈ। ਭੀੜ ਨੇ ਪੁਲਿਸ 'ਤੇ ਹਮਲਾ ਕੀਤਾ ਸੀ, ਜਿਸ ਕਰਕੇ ਅਫਸਰਾਂ ਦੀ ਸਹਿਮਤੀ ਸੀ ਅਤੇ ਕੋਈ ਮੁਕੱਦਮਾ ਨਹੀਂ ਚੱਲਿਆ। ਮੈਨੂੰ ਧੰਨਾ ਸਿੰਘ ਦਾ ਉਹ ਅੰਦਾਜ਼ ਯਾਦ ਹੈ ਜਿਵੇਂ ਉਹਨੇ ਗੱਲ ਸੁਣਾਈ ਸੀ ਕਿ ਬਾਬਾ ਫਿਰ ਮੈਂ ਗੋਡਨੀ ਲਾ ਲਈ ਅਤੇ SLR ਫੜ ਲਈ ਅਤੇ ਚੁਣ ਚੁਣ ਕੇ ਨਿਸ਼ਾਨੇ ਲਾਏ। ਕਹਿੰਦਾ ਜਿੱਥੇ ਜਿੱਥੇ ਇੱਟ ਆਈ ਸੀ ਉੱਥੇ ਕੱਢ ਕੱਢ ਕੇ ਬੰਦੇ ਕੁੱਟੇ। ਸਾਥੀਆਂ ਨੂੰ ਕਿਹਾ ਵੀ ਲੈ ਬਈ ਸਿਪਾਹੀਓ, ਸਿਪਾਹੀ ਬਣੋ, ਕੋਈ ਗੋਲੀ ਜਾਇਆ ਨਾ ਜਾਵੇ, ਗੋਡਿਆਂ ਤੋਂ ਉੱਪਰ ਨਿਸ਼ਾਨਾ ਲਾਵੋ। ਧੰਨਾ ਸਿੰਘ ਦਾ ਮੰਨਣਾ ਸੀ ਵੀ ਇਹਨਾਂ ਲੋਕਾਂ ਦਾ ਪੁਲਿਸ ਨਾਲ ਲੜਨ ਦਾ ਤਾਂ ਬਿਲਕੁਲ ਹੀ ਮਾਦਾ ਨਹੀਂ ਹੁੰਦਾ, ਇਹ ਤਾਂ ਸਰਕਾਰ ਦੀ ਸ਼ਹਿ 'ਤੇ ਹੀ ਲੜਦੇ ਨੇ। ਜਦ ਇਹ ਪਤਾ ਲੱਗ ਜਾਵੇ ਕਿ ਸਰਕਾਰ ਸਾਡੇ ਨਾਲ ਨਹੀਂ ਤਾਂ ਸਭ ਦੌੜ ਜਾਂਦੇ ਨੇ। ਇਹ ਘਟਨਾ ਕਰਕੇ ਧੰਨਾ ਸਿੰਘ ਪੁਲਿਸ ਵਿੱਚ ਪਹਿਲਾਂ ਹੀ ਮਸ਼ਹੂਰ ਸੀਗਾ। ਇਹਨਾਂ ਦਾ ਪਿੰਡ ਕਪੂਰਥਲੇ ਕੋਟ 'ਤੇ ਸੀ ਅਤੇ ਵਿਆਹੇ ਹੋਏ ਸੀ। ਕੁਝ ਸਮੇਂ ਬਾਅਦ ਇਹ ਪਰਿਵਾਰ ਨੂੰ ਮਿਲਦੇ ਸੀ ਅਤੇ ਜ਼ਿਆਦਾ ਵਾਰ ਚਰਨਜੀਤ ਸਿੰਘ ਤਲਵੰਡੀ ਇਹ ਸੇਵਾ ਕਰਦਾ ਸੀ, ਕਿਉਂਕਿ ਉਹ ਆਪ ਵੀ ਆਪਣੇ ਪਰਿਵਾਰ ਨੂੰ ਲਗਾਤਾਰ ਮਿਲਦਾ ਸੀਗਾ। ਜੰਗੀ ਸਿੰਘਾਂ ਦਾ ਪਰਿਵਾਰ ਨੂੰ ਮਿਲਣਾ ਬਹੁਤ ਜੋਖਮ ਭਰਿਆ ਕੰਮ ਹੁੰਦਾ ਹੈ। ਇੱਦਾਂ ਜਥੇਬੰਦੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਪਰ ਫਿਰ ਵੀ ਕੁਝ ਸਿੰਘ ਇਹ ਜੋਖਮ ਉਠਾਉਂਦੇ ਰਹਿੰਦੇ ਨੇ। ਜਥੇਬੰਦੀ ਨੂੰ ਵੀ ਇਹ ਪਤਾ ਹੁੰਦਾ ਸੀ, ਪਰ ਇਹਨਾਂ ਦੋਵਾਂ ਸਿੰਘਾਂ 'ਤੇ ਗੁਰੂ ਦੀ ਮਿਹਰ ਹੀ ਰਹੀ ਵੀ ਕੋਈ ਨੁਕਸਾਨ ਨਹੀਂ ਹੋਇਆ। ਜਦੋਂ 4 ਜਥੇਬੰਦੀਆਂ ਨੇ ਨਵੀਂ ਪੰਥਕ ਕਮੇਟੀ ਬਣਾਈ ਤਾਂ ਕੁਝ ਸਮੇਂ ਬਾਅਦ ਕਮਾਂਡੋ ਫੋਰਸ ਵੱਲੋਂ ਇਹਨਾਂ ਨੂੰ ਪੰਥਕ ਕਮੇਟੀ ਵਿੱਚ ਭਾਈ ਧੰਨਾ ਸਿੰਘ ਵਜੋਂ ਨਾਮਜ਼ਦ ਕੀਤਾ ਗਿਆ। ਪੁਲਿਸ ਵਾਲੇ ਇਹ ਤਿੰਨੇ ਸਿੰਘ ਜ਼ਿਆਦਾਤਰ ਇਕੱਠੇ ਰਹਿੰਦੇ ਸਨ, ਜਿਵੇਂ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਜਥਿਆਂ ਨਾਲ ਰਹਿੰਦੇ ਅਤੇ ਕਾਰਵਾਈਆਂ ਕਰਦੇ ਰਹਿੰਦੇ। ਧੰਨਾ ਸਿੰਘ ਸਭ ਤੋਂ ਸਰਗਰਮ ਅਤੇ ਅੱਗੇ ਲਾ ਕੇ ਕੰਮ ਕਰਨ ਵਾਲਾ ਬੰਦਾ ਸੀ। ਇਹ ਪੰਥ ਦੋਖੀਆਂ ਨੂੰ ਬਿਲਕੁਲ ਸਹਿਣ ਨਹੀਂ ਸੀ ਕਰਦਾ। ਜਿੱਥੇ ਕਿਤੇ ਵੀ ਗੁਰਮਤ ਦੇ ਉਲਟ ਕੋਈ ਗੱਲ ਹੁੰਦੀ ਸੀ ਉੱਥੇ ਹੀ ਝੰਡਾ ਕੱਢ ਦਿੰਦਾ ਸੀ। ਬਹੁਤ ਛੇਤੀ ਗੁੱਸੇ ਵਿੱਚ ਆ ਜਾਂਦਾ ਸੀ ਅਤੇ ਆਪਣੀ ਹਿਫਾਜ਼ਤ ਨੂੰ ਵੀ ਭੁੱਲ ਜਾਂਦਾ ਸੀ, ਛੇਤੀ ਕਾਰਵਾਈ ਕਰਨ ਵਾਲਾ ਸੀ ਅਤੇ ਬਾਅਦ ਵਿੱਚ ਕਈ ਵਾਰ ਕਹਿਣਾ ਵੀ ਯਾਰ ਕਾਹਲੀ ਹੋ ਗਈ, ਗੁੱਸਾ ਆ ਗਿਆ ਸੀ। ਇੱਕ ਵਾਰ ਮੈਨੂੰ ਅਵਤਾਰ ਸਿੰਘ ਨੇ ਦੱਸਿਆ ਕਿ ਮੋਹਾਲੀ ਬਾਜ਼ਾਰ ਵਿੱਚ ਕੁਝ ਲੈਣ ਗਏ ਤਾਂ ਉੱਥੇ ਕੁਝ ਬੰਦੇ ਆਪਸ ਵਿੱਚ ਜਿੱਦ ਰਹੇ ਸਨ। ਕਿਸੇ ਨੇ ਸੰਘਰਸ਼ ਖਿਲਾਫ਼ ਕੋਈ ਗੱਲ ਕਰ ਦਿੱਤੀ ਤਾਂ ਧੰਨਾ ਸਿੰਘ ਨੇ ਉੱਥੇ ਹੀ ਜੁੱਤੀ ਲਾ ਲਈ ਅਤੇ ਉਸ ਨੂੰ ਕੁੱਟਣ ਲੱਗ ਪਿਆ।
ਫਿਰ ਪੁਲਿਸ ਆ ਗਈ, ਮਸਾਂ ਗੱਲ ਰਫਾ ਦਫਾ ਹੋਈ ਤਾਂ ਉਹਨੂੰ ਵਾਪਸ ਲੈ ਕੇ ਆਇਆ। ਸਰਕਾਰ ਵੱਲੋਂ ਇੰਨਾ ਲੋੜੀਂਦਾ ਅਤੇ ਇਨਾਮੀ ਬੰਦਾ ਸੀ ਪਰ ਕਿਸੇ ਦਾ ਕੋਈ ਪਰਵਾਹ ਨਹੀਂ ਸੀ ਕਰਦਾ। ਪੰਥ ਦੀਆਂ ਬੈਠਕਾਂ ਵਿੱਚ ਉਹ ਸਰਗਰਮੀ ਨਾਲ ਹਿੱਸਾ ਲੈਂਦਾ ਅਤੇ ਹਰ ਗੱਲ ਦੀ ਤਹਿ ਤੱਕ ਜਾਂਦਾ। ਲੁਧਿਆਣਾ ਬੈਂਕ ਡਕੈਤੀ ਵਿੱਚ ਉਹ ਸਤਨਾਮ ਸਿੰਘ ਬਾਵੇ ਨਾਲ ਇੰਸਪੈਕਟਰ ਬਣਿਆ ਹੋਇਆ ਸੀ ਅਤੇ ਪੂਰਾ ਇੰਸਪੈਕਟਰ ਵਾਲਾ ਰੋਲ ਅਦਾ ਕੀਤਾ ਉਹਨੇ। ਧੰਨਾ ਸਿੰਘ ਅਤੇ ਬਾਬਾ ਅਜੀਤ ਸਿੰਘ ਦਾੜਾ ਬੰਨ ਵੀ ਲੈਂਦੇ ਸੀ ਪਰ ਬਾਬਾ ਬਲਵਿੰਦਰ ਸਿੰਘ ਨੇ ਕਦੇ ਦਾੜਾ ਨਹੀਂ ਮੰਨਿਆ। ਬਾਬਾ ਅਜੀਤ ਸਿੰਘ ਅਤੇ ਧੰਨਾ ਸਿੰਘ ਨੇ ਹੋਰ ਵੱਖ ਵੱਖ ਜਥਿਆਂ ਨਾਲ ਬਹੁਤ ਕਾਰਨਾਮੇ ਕੀਤੇ ਅਤੇ ਜ਼ਿਆਦਾਤਰ ਹਮਲੇ ਪੁਲਿਸ CRPF BSF ਅਤੇ ਘਾਤਾਂ ਲਾਉਣ ਦੇ ਸਨ। ਬਾਬਾ ਅਜੀਤ ਸਿੰਘ ਵਧੀਆ ਡਰਾਈਵਰ ਵੀ ਸਨ ਅਤੇ ਜਥੇਬੰਦੀ ਦੇ ਸਮਾਨ ਨੂੰ ਚਰਨਜੀਤ ਸਿੰਘ ਅਤੇ ਬਾਪੂ ਮਲਕੀਰ ਸਿੰਘ ਨਾਲ ਇੱਧਰ ਉੱਧਰ ਪਹੁੰਚਾਉਂਦੇ ਰਹੇ। ਧੰਨਾ ਸਿੰਘ ਹੋਰੀ ਬੜੇ ਸਖ਼ਤ ਵਿਵੇਕ ਵਾਲੇ ਸਨ, ਬਹੁਤ ਸੁੱਚਮ ਰੱਖਦੇ ਸਨ। ਜਥੇ ਦੇ ਕਈ ਸਿੰਘ ਇਹਨਾਂ ਦੀ ਸੁੱਚਮ ਤੋਂ ਔਖੇ ਹੁੰਦੇ ਸਨ ਪਰ ਕੋਈ ਬੋਲਦਾ ਨਹੀਂ ਸੀਗਾ। ਇਸ ਗੱਲ ਬਾਰੇ ਆਪੋ ਵਿੱਚ ਹਾਸਾ ਮਜ਼ਾਕ ਵੀ ਹੁੰਦਾ ਸੀ। ਇੱਕ ਵਾਰ ਕਿਸੇ ਪਿੰਡ ਵਿੱਚ ਰਾਤ ਦਾ ਲੰਗਰ ਛਕਣ ਤੋਂ ਬਾਅਦ ਦੀ ਗੱਲ ਹੈ, ਅਸੀਂ ਕਾਫੀ ਸਿੰਘ ਉੱਥੇ ਇਕੱਠੇ ਹੋਏ ਸਾਂ। ਧੰਨਾ ਸਿੰਘ, ਬਾਬਾ ਅਜੀਤ ਸਿੰਘ, ਦਲਵਿੰਦਰ ਸਿੰਘ, ਜਰਨਲ ਲਾਭ ਸਿੰਘ, ਸੁਰਿੰਦਰਜੀਤ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਪੂ ਮਲਕੀਰ ਸਿੰਘ ਅਤੇ 5-7 ਹੋਰ ਇਲਾਕੇ ਦੇ ਸਿੰਘ ਸਨ। ਠਾਰ ਵਾਲਾ ਇੱਕ ਚੰਗਾ ਗੁਰਸਿੱਖ ਪਰਿਵਾਰ ਸੀ। ਪ੍ਰਸ਼ਾਦੇ ਪਕਾਉਣ ਤੋਂ ਲੈ ਕੇ ਖਾਣ ਤੱਕ, ਫਿਰ ਬਾਅਦ ਵਿੱਚ ਚਾਹ ਪੀਣ ਤੱਕ ਉਹਨਾਂ ਨੇ ਸਾਡੇ ਕਈ ਵਾਰ ਹੱਥ ਧੁਆਏ। ਧੰਨਾ ਸਿੰਘ ਹੋਰਾਂ ਦਾ ਤਾਂ ਇਹ ਦਸਤੂਰੀ ਸੀਗਾ, ਅਸੀਂ ਇਸ ਦੇ ਆਦੀ ਨਹੀਂ ਸੀਗੇ ਪਰ ਅਸੀਂ ਕਦੇ ਉਲੰਘਣਾ ਨਹੀਂ ਕੀਤੀ। ਜਦੋਂ ਅਸੀਂ ਘਰੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਸਭ ਤੋਂ ਵੱਡਾ ਬਜ਼ੁਰਗ ਹੱਥ ਵਿੱਚ ਬਾਲਟੀ ਫੜੀ ਹੱਥ ਜੋੜੀ ਖੜਾ ਸੀ। ਧੰਨਾ ਸਿੰਘ ਨੂੰ ਸੰਬੋਧਨ ਹੋ ਕੇ ਕਹਿੰਦਾ ਕਿ ਹੁਣ ਕਦੋਂ ਹੱਥ ਧੋਣੇ ਆ। ਸਾਰੇ ਹੱਸਣ ਲੱਗ ਪਏ। ਉਸ ਬਜ਼ੁਰਗ ਨੇ ਹਾਸੇ ਵਿੱਚ ਕਿਹਾ ਕਿ ਸਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਕਦੋਂ ਹੱਥ ਧੋਣੇ ਨੇ ਅਤੇ ਕਦੋਂ ਨਹੀਂ। ਕੁਝ ਸਮੇਂ ਬਾਅਦ ਧੰਨਾ ਸਿੰਘ ਹੋਰੀ ਅਲੋਪ ਹੋ ਗਏ। ਉਸ ਵਕਤ ਉਹਨਾਂ ਬਾਰੇ ਕੁਝ ਪਤਾ ਨਹੀਂ ਸੀ ਲੱਗਿਆ ਕਿ ਕਿੱਥੇ ਚਲਿਆ ਗਿਆ। ਪਰਿਵਾਰ ਨਾਲ ਤਾਂ ਮਿਲਦੇ ਰਹਿੰਦੇ ਸੀ। ਜਦੋਂ ਆਖਰੀ ਵਾਰ ਚੰਡੀਗੜ੍ਹ ਵਿੱਚ ਇੱਕ ਰਾਤ ਇਕੱਠੇ ਰਹੇ ਤਾਂ ਉਹਨਾਂ ਨੇ ਮੇਰੇ ਨਾਲ ਇਕੱਲਿਆਂ ਨਹੀਂ ਗੱਲ ਕੀਤੀ ਸੀ ਕਿ ਮੈਂ ਪੰਜਾਬ ਤੋਂ ਬਾਹਰ ਕੋਈ ਠਾਰ ਬਣਾਉਣੀ ਹੈ, ਥੋੜ੍ਹੀ ਜਿਹੀ ਜ਼ਮੀਨ ਲੈ ਕੇ, ਬਹੁਤ ਸੁਰੱਖਿਅਤ ਜਗ੍ਹਾ ਹੈ ਅਤੇ ਮੈਨੂੰ 8 ਲੱਖ ਰੁਪਇਆ ਚਾਹੀਦਾ। ਲੁਧਿਆਣੇ ਬੈਂਕ ਮਾਂਜੇ ਤੋਂ ਬਾਅਦ ਅਸੀਂ ਸਾਰੇ ਪ੍ਰਮੁੱਖ ਸਿੰਘਾਂ ਨੂੰ ਕਿਹਾ ਹੋਇਆ ਸੀ ਕਿ ਆਪਣੀਆਂ ਪੱਕੀਆਂ ਠਾਰਾਂ ਬਣਾਓ ਜਿਸ ਦਾ ਸਿਰਫ ਤੁਹਾਨੂੰ ਪਤਾ ਹੋਵੇ। ਇਸ ਲਈ ਅਸੀਂ ਪੈਸੇ ਦਾ ਪ੍ਰਬੰਧ ਵੀ ਕੀਤਾ ਸੀ। ਕਈ ਸਿੰਘਾਂ ਨੇ ਇਸ ਤਰ੍ਹਾਂ ਠਾਰਾਂ ਬਣਾਈਆਂ ਸਨ। ਅਸੀਂ ਉਹਨਾਂ ਨੂੰ 8 ਲੱਖ ਰੁਪਇਆ ਪਹੁੰਚਾ ਦਿੱਤਾ। ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ। ਉਹ ਇਹ ਗੱਲ ਕਰਿਆ ਕਰਦੇ ਸਨ ਕਿ ਉਹਨਾਂ ਦੇ ਸਹੁਰਿਆਂ ਦੇ ਪਰਿਵਾਰ ਵਿੱਚ ਕੋਈ ਬਜ਼ੁਰਗ ਹੈ ਜਿਸ ਦੀ KPS ਗਿੱਲ ਦੇ ਬਜ਼ੁਰਗ ਨਾਲ ਮਿੱਤਰਤਾ ਸੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਖਾੜਕੂ ਸੰਘਰਸ਼ ਛੱਡ ਦੇਵੋ, ਜਿੱਥੇ ਮਰਜ਼ੀ ਜਾ ਕੇ ਬੈਠ ਜਾਵੋ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਜਦੋਂ ਉਹਨਾਂ ਨੇ ਇਹ ਗੱਲ ਮੇਰੇ ਅਤੇ ਅਵਤਾਰ ਸਿੰਘ ਨਾਲ ਕੀਤੀ ਤਾਂ ਅਸੀਂ ਕਿਹਾ ਵੀ ਇਹੋ ਜਿਹਾ ਭਰੋਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਅਤੇ ਉਹ ਵੀ ਮੰਨ ਗਿਆ ਸੀ। ਹੁਣ ਪਤਾ ਲੱਗਾ ਹੈ ਕਿ ਉਹਨਾਂ ਨੂੰ ਪੁਲਿਸ ਨੇ ਫੜ ਕੇ ਬਹੁਤ ਤਸ਼ੱਦਦ ਕਰਕੇ ਸ਼ਹੀਦ ਕੀਤਾ ਪਰ ਉਹ ਦਿਖਾਇਆ ਕਿਤੇ ਨਹੀਂ ਗਿਆ। ਅਸਲ ਗੱਲ ਕੀ ਹੋਈ ਕਿਸੇ ਨੂੰ ਨਹੀਂ ਪਤਾ, ਕਿੱਥੇ ਸਿੰਘ ਫੜਿਆ ਗਿਆ ਪਰ ਉਹਨਾਂ ਨੇ ਆਪਣਾ ਸਿਰੜ ਨਿਭਾਇਆ ਅਤੇ ਕਿਸੇ ਵੀ ਬਾਰੇ ਕੁਛ ਨਹੀਂ ਦੱਸਿਆ। ਇਹਨਾਂ ਤਿੰਨਾਂ ਪੁਲਿਸ ਵਾਲੇ ਸਿੰਘਾਂ, ਬਾਬਾ ਅਜੀਤ ਸਿੰਘ, ਦਲਵਿੰਦਰ ਸਿੰਘ ਅਤੇ ਬਾਬਾ ਧੰਨਾ ਸਿੰਘ ਨੂੰ ਸੰਘਰਸ਼ ਦੌਰਾਨ ਰਬੈਰੋ ਹਮਲੇ ਵਾਲੇ ਸਿੰਘਾਂ ਵਜੋਂ ਜਾਣਿਆ ਜਾਂਦਾ ਸੀ। ਇਹ ਸਿੰਘ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਅਤੇ ਬਵੇਕੀ ਸਨ, ਇਸ ਕਰਕੇ ਇਹਨਾਂ ਦੇ ਨਾਂ ਨਾਲ ਬਵੇਕੀ ਸਿੰਘ ਜੁੜ ਗਿਆ। ਦੋਸਤੋ, ਉਸ ਸਮੇਂ ਕਾਫੀ ਪੁਲਿਸ ਵਾਲੇ ਇਹੋ ਜਿਹੇ ਸੀ ਜਿਹੜੇ ਕਿ ਪੁਲਿਸ ਦੀਆਂ ਨੌਕਰੀਆਂ ਛੱਡ ਕੇ ਸੰਘਰਸ਼ ਵਿੱਚ ਆਏ ਅਤੇ ਸ਼ਹੀਦੀ ਪ੍ਰਾਪਤ ਕਰ ਗਏ। ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ੍ਹ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।